ਸਵਾਗਤ ਹੈ ਤੁਹਾਡਾ ਅੱਜ ਦੀ ਇਸ ਵੀਡੀਓ ਵਿੱਚ। ਮੈਂ ਹਾਂ ਮੁਕਪਾਲ ਸਿੰਘ, ਤੁਸੀਂ ਦੇਖ ਰਹੇ ਹੋ ਪੰਜਾਬੀ ਪਲੈਨਟ। ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਜੀ ਸੁਪਰਸਟੀਸ਼ਨ ਬਾਰੇ। ਹਾਂਜੀ, ਯਾਨੀ ਕਿ ਵਹਿਮ ਭਰਮ। ਸਾਡੇ ਸਮਾਜ ਵਿੱਚ ਕਾਫੀ ਤਰ੍ਹਾਂ ਦੇ ਸੁਪਰਸਟੀਸ਼ਨ ਆ ਜਿਹੜੇ ਉਹ ਲੋਕਾਂ ਵੱਲੋਂ ਫੋਲੋ ਕੀਤੇ ਜਾਂਦੇ ਆ। ਅੱਜ ਤੁਹਾਨੂੰ ਦੱਸਾਂਗੇ ਇਹਦੇ ਬਾਰੇ, ਇਹਦੇ ਫੈਕਟਸ, ਇਹਨਾਂ ਦੀ ਸ਼ੁਰੂਆਤ ਕਿੱਥੋਂ ਹੋਈ, ਇਹ ਕਿੱਥੋਂ ਇਨਵੋਲਵ ਹੋਏ ਤੇ ਇਹਨਾਂ ਦੇ ਪਿੱਛੇ ਦਾ ਸੱਚ ਕੀ ਆ। ਇਹਦੇ ਬਾਰੇ ਜਿਹੜੇ ਸਾਰੇ ਫੈਕਟਸ ਆ ਉਹਨਾਂ ਬਾਰੇ ਗੱਲ ਕਰਾਂਗੇ ਅੱਜ। ਤੇ ਮੈਂ ਤੁਹਾਡੇ ਲਈ 10 ਜਿਹੜੇ ਮੋਸਟ ਕਾਮਨ ਜਿਹੜੇ ਸੁਪਰਸਟੀਸ਼ਨ ਆ ਉਹ ਮੈਂ ਅਲੱਗ ਲੈ ਕੇ ਆਇਆ ਵਾਂ, ਜਿਹੜੇ ਕਿ ਮੋਸਟ ਕਾਮਨਲੀ ਹਰ ਘਰ ਦੇ ਵਿੱਚ, ਜ਼ਿਆਦਾਤਰ ਘਰਾਂ ਦੇ ਵਿੱਚ ਹੀ ਮੰਨੀ ਜਾਂਦੀ, ਈਵਨ ਕਿ ਪੜ੍ਹੇ ਲਿਖੇ ਲੋਕਾਂ ਵੱਲੋਂ ਵੀ ਉਹ ਫੋਲੋ ਕੀਤੇ ਜਾਂਦੇ ਆ। ਉਹਨਾਂ ਦੀ ਸੱਚਾਈ, ਜਿਹੜੇ ਫੈਕਟਸ ਆ, ਕਿੱਥੋਂ ਉਹਨਾਂ ਦੀ ਸ਼ੁਰੂਆਤ ਹੋਈ, ਕਿਵੇਂ ਉਹ ਤੁਰੇ ਤੇ ਅੱਜ ਉਹਨਾਂ ਦਾ ਕੀ ਸਰੂਪ ਬਣ ਗਿਆ। ਅੱਜ ਦੀ ਵੀਡੀਓ ਬਹੁਤ ਇੰਟਰਸਟਿੰਗ ਹੋਣ ਵਾਲੀ ਹੈ, ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ। ਹਾਂਜੀ, ਗੱਲ ਕਰਦੇ ਹਾਂ ਜੀ ਸਭ ਤੋਂ ਪਹਿਲਾਂ ਸੁਪਰਸਟੀਸ਼ਨ ਦੀ, ਯਾਨੀ ਕਿ ਬੂਹੇ ਦੇ ਵਿੱਚ ਤੇਲ ਚੋਣਾ। ਤੁਸੀਂ ਆਮ ਕਰਕੇ ਦੇਖਿਆ ਹੈਗਾ ਘਰਾਂ ਦੇ ਵਿੱਚ ਜਦੋਂ ਵੀ ਅਸੀਂ ਕੋਈ ਨਵੀਂ ਚੀਜ਼ ਲੈ ਕੇ ਆਉਂਦੇ ਹਾਂ, ਕੋਈ ਗੱਡੀ, ਕੋਈ ਵੀ ਨਵੀਂ ਚੀਜ਼, ਜਾਂ ਕੋਈ ਨਵੀਂ ਵਿਆਹੀ ਜੋੜੀ ਆਉਂਦੀ ਹੈ, ਜਾਂ ਫਿਰ ਕਿਸੇ ਦੇ ਘਰ ਕੋਈ ਬੇਬੀ ਹੁੰਦਾ ਆ, ਤੇ ਅਕਸਰ ਜਨਾਨੀਆਂ ਬੂਹੇ ਦੇ ਵਿੱਚ ਤੇਲ ਚਵਾ ਕੇ ਤੇ ਫਿਰ ਐਂਟਰੀ ਕਰਾਉਂਦੀਆਂ, ਤੇ ਇਸ ਚੀਜ਼ ਨੂੰ ਸ਼ੁਭ ਮੰਨਿਆ ਜਾਂਦਾ ਆ। ਤੇ ਹੁਣ ਗੱਲ ਕਰਾਂਗੇ ਇਹਦੇ ਪਿੱਛੇ ਦਾ ਫੈਕਟ ਕੀ ਹੈ। ਅਸਲ ਦੇ ਵਿੱਚ ਇਹ ਗੱਲ ਹੈ, ਜਦੋਂ ਪੁਰਾਣੇ ਸਮੇਂ ਦੀ, ਜਦੋਂ ਲੋਕਾਂ ਦੇ ਅਕਸਰ ਘਰ ਕੱਚੇ ਹੋਇਆ ਕਰਦੇ ਸੀ ਤੇ ਲੱਕੜ ਦੇ ਹੈਵੀ ਹੈਵੀ ਦਰਵਾਜ਼ੇ ਹੋਇਆ ਕਰਦੇ ਸੀ, ਉਹਨਾਂ ਦੇ ਚੂਲਾਂ ਜਿਹੜੀਆਂ ਉਹ ਲੋਹੇ ਦੀਆਂ ਹੋਇਆ ਕਰਦੀਆਂ ਸੀ, ਤੇ ਉਦੋਂ ਜਾਂ ਬਾਰਿਸ਼ ਵਗੈਰਾ ਦੇ ਹੋਣ ਕਰਕੇ ਜਿਹੜੇ ਉਹਨਾਂ ਦੇ ਚੂਲਾ ਵਾ ਉਹਨਾਂ ਨੂੰ ਜੰਗ ਲਾ ਜਾਇਆ ਕਰਦਾ ਸੀ, ਤੇ ਜਿਹੜੇ ਗੇਟ ਆ ਨਾ ਉਹ ਜਦੋਂ ਆਪਾਂ ਓਪਨ ਜਾਂ ਬੰਦ ਕਰਦੇ ਸੀ ਨਾ ਤੇ ਉਹ ਕਾਫੀ ਉਹਦੇ ਵਿੱਚੋਂ ਆਵਾਜ਼ ਕ੍ਰੀਏਟ ਕਰਦੇ ਸੀ, ਤੇ ਜਦੋਂ ਕਿਸੇ ਦੇ ਘਰ ਕਿਸੇ ਗੈਸਟ ਨੇ ਆਉਣਾ ਹੁੰਦਾ ਸੀ ਤੇ ਉਦੋਂ ਜਿਹੜੇ ਘਰ ਵਾਲਿਆਂ ਵੱਲੋਂ ਜਿਹੜਾ ਬੂਹੇ ਦੀਆਂ ਚੂਲਾਂ ਦੇ ਵਿੱਚ ਤੇਲ ਦੇ ਦਿੱਤਾ ਜਾਂਦਾ ਸੀ ਤਾਂ ਕਿ ਜਿਹੜਾ ਬੂਹਾ ਵਾ ਉਹ ਆਵਾਜ਼ ਨਾ ਕਰੇ, ਤੇ ਜਦੋਂ ਗੈਸਟ ਘਰੇ ਹੋਣ ਤੇ ਜਦੋਂ ਗੇਟ ਓਪਨ ਕਰਨ ਤੇ ਉਹ ਸਮੂਥਲੀ ਵਰਕ ਕਰੇ, ਤੇ ਇਸ ਲਈ ਜਦੋਂ ਕਿਸੇ ਨੇ ਘਰ ਆਉਣਾ ਹੁੰਦਾ ਸੀ ਤੇ ਉਦੋਂ ਤੇਲ ਜਿਹੜਾ ਵਾ ਉਹ ਗੇਟ ਦੇ ਵਿੱਚ ਦਿੱਤਾ ਜਾਂਦਾ ਸੀ। ਪਰ ਅੱਜ ਕੱਲ੍ਹ ਇਹਦਾ ਸਰੂਪ ਬਦਲ ਗਿਆ, ਤੁਸੀਂ ਦੇਖ ਸਕਦੇ ਹੋ ਕਿ ਹੁਣ ਜਿਹੜਾ ਤੇਲ ਹੈ ਉਹ ਬੂਹੇ ਦੇ ਬਾਹਰ ਪਾਇਆ ਜਾਂਦਾ ਵਾ, ਜਿਹੜਾ ਕਿ ਵੇਸਟ ਆਫ ਓਇਲ ਆਪਾਂ ਕਹਿ ਸਕਦੇ ਹਾਂ। ਤੇ ਚਲੋ ਜੀ, ਹੁਣ ਵੱਧਦੇ ਆਪਾਂ ਆਪਣੇ ਅਗਲੇ ਸੁਪਰਸਟੀਸ਼ਨ ਵੱਲ, ਯਾਨੀ ਕਿ ਨਿੰਬੂ ਮਿਰਚ ਲਟਕਾਉਣਾ। ਤੁਸੀਂ ਆਮ ਕਰਕੇ ਬਾਜ਼ਾਰਾਂ ਦੇ ਵਿੱਚ, ਸੜਕਾਂ ਦੇ ਵਿੱਚ ਵੇਖਿਆ ਹੈਗਾ ਲੋਕਾਂ ਨੇ ਆਪਣੀਆਂ ਦੁਕਾਨਾਂ ਤੇ ਰੇਹੜੀਆਂ ਤੇ ਨਿੰਬੂ ਮਿਰਚ ਆ ਜਿਹੜੇ ਲਟਕਾਏ ਹੁੰਦੇ ਆ, ਤੇ ਉਹ ਮੰਨਿਆ ਜਾਂਦਾ ਵੀ ਜਿਹੜਾ ਈਵਲ ਆਈ ਆ ਉਹਦੇ ਤੋਂ ਸਾਡੀ ਰੱਖਿਆ ਕਰਦਾ ਆ, ਪਰ ਜੇ ਬੁਰੀ ਨਜ਼ਰ ਤੋਂ ਬਚਾਉਂਦਾ ਆ। ਅਸਲ ਦੇ ਵਿੱਚ ਇਹਦਾ ਜਿਹੜਾ ਫੈਕਟ ਆ ਨਾ ਉਹ ਇਹ ਕਿ ਜਿਹੜਾ ਨਿੰਬੂ ਅਤੇ ਮਿਰਚ ਆ ਉਹਦੇ ਵਿੱਚ ਨਾ ਕੁਛ ਇਨਸੈਕਟ ਰਿਪੈਲੈਂਟ ਕੁਆਲਿਟੀਜ਼ ਹੁੰਦੀਆਂ ਵਾ, ਯਾਨੀ ਕਿ ਉਹ ਜਿਹੜੇ ਕੀੜੇ ਮਕੌੜੇ ਆ ਉਹਨਾਂ ਤੋਂ ਦੂਰ ਭੱਜਦੇ ਆ। ਇਸ ਕਰਕੇ ਪੁਰਾਣੇ ਸਮੇਂ ਦੇ ਵਿੱਚ ਜਦੋਂ ਜਿਹੜੇ ਖਾਸ ਕਰ ਕੋਈ ਵੀ ਸਵੀਟ ਸ਼ੋਪ ਹੁੰਦੀਆਂ ਸੀ, ਖਾਣ ਪੀਣ ਵਾਲੀਆਂ ਜਿੰਨੀ ਜ਼ਿਆਦਾ ਦੁਕਾਨਾਂ ਹੁੰਦੀਆਂ ਸੀ, ਜਿਵੇਂ ਕੋਈ ਮਠਿਆਈ ਦੀ ਦੁਕਾਨ ਜਾਂ ਕੋਈ ਹੋਰ ਰੇਹੜੀਆਂ ਵਗੈਰਾ, ਤੇ ਉਹਨਾਂ ਤੇ ਇਹਨਾਂ ਨੂੰ ਯੂਜ਼ ਕੀਤਾ ਜਾਂਦਾ ਸੀ ਨਿੰਬੂ ਮਿਰਚ ਨੂੰ, ਤਾਂ ਜੋ ਜਿਹੜੇ ਕੀੜੇ ਮਕੌੜੇ ਆ ਉਹ ਤੋਂ ਦੂਰ ਰਹਿ ਸਕਣ ਖਾਣ ਵਾਲੀਆਂ ਚੀਜ਼ਾਂ ਤੋਂ। ਤੇ ਇੱਕ ਚੰਗੀ ਚੀਜ਼ ਸੀ ਵੀ ਹਾਈਜੀਨ ਲਈ ਚੰਗੀ ਸੀ। ਤੇ ਪਰ ਅੱਜ ਦੇ ਸਮੇਂ ਦੇ ਵਿੱਚ ਤਾਂ ਤੁਸੀਂ ਵੇਖੋ ਕੱਪੜਿਆਂ ਦੀਆਂ ਦੁਕਾਨਾਂ, ਉਹਨਾਂ ਵੀ ਨਿੰਬੂ ਮਿਰਚ ਟੰਗੇ ਹੋਏ ਆ, ਹੋਰ ਵੀ ਕਈਆਂ ਨੇ ਟੰਗੇ ਹੋਏ ਆ, ਤੇ ਉਹ ਜਿਹੜਾ ਕਿ ਕੋਈ ਫਾਇਦਾ ਨਹੀਂ ਹੈਗਾ। ਤੇ ਹੁਣ ਵੱਧਦੇ ਹਾਂ ਜੀ ਅਸੀਂ ਆਪਣੇ ਅਗਲੇ ਸੁਪਰਸਟੀਸ਼ਨ ਵੱਲ। ਅਗਲਾ ਸੁਪਰਸਟੀਸ਼ਨ ਹੈ ਜੀ ਬਿੱਲੀ ਦੁਆਰਾ ਰਸਤਾ ਕੱਟਣਾ। ਇਹ ਆਮ ਹੀ ਜ਼ਿਆਦਾਤਰ ਲੋਕਾਂ ਨੂੰ ਪਤਾ ਹੀ ਹੋਏਗਾ ਵੀ ਜਦੋਂ ਵੀ ਕਿਤੇ ਕੋਈ ਜਾ ਰਿਹਾ ਹੋਈਦਾ ਹੈ ਤੇ ਰਾਸਤੇ 'ਚ ਕਿਤੇ ਬਿੱਲੀ ਕਿਸੇ ਦੇ ਅੱਗੋਂ ਲੰਘ ਜਾਂਦੀ ਹੈ ਤੇ ਇਹਨੂੰ ਬੜਾ ਮਾੜਾ ਸਮਝ ਆਉਂਦਾ, ਸੋਚਿਆ ਜਾਂਦਾ ਕਿ ਹੁਣ ਮੇਰਾ ਕੁਛ ਮਾੜਾ ਹੋਏਗਾ, ਬਿੱਲੀ ਮੇਰਾ ਰਸਤਾ ਕੱਟ ਗਈ ਹੈ ਤੇ ਇਹ ਅਸ਼ੁੱਭ ਹੋ ਗਿਆ ਕੰਮ। ਪਰ ਅਸਲ ਦੇ ਵਿੱਚ ਇਹਦੇ ਪਿੱਛੇ ਜਿਹੜਾ ਫੈਕਟ ਹੈ ਉਹ ਤੁਹਾਨੂੰ ਜਾਣ ਕੇ ਹੈਰਾਨੀ ਹੋਏਗੀ ਕਿ ਪੁਰਾਣੇ ਸਮੇਂ ਦੇ ਵਿੱਚ ਜਦੋਂ ਘੋੜਾ ਗਾੜੀਆਂ ਖਾਸ ਕਰਕੇ ਹੁੰਦੀਆਂ ਸੀ ਜਾਂ ਬੈਲ ਗੱਡੀਆਂ ਹੁੰਦੀਆਂ ਸੀ, ਤੇ ਉਦੋਂ ਜਦੋਂ ਉਹ ਰਾਤ ਨੂੰ ਕਿਤੇ ਜਾਂ ਸ਼ਾਮ ਨੂੰ ਸਫ਼ਰ ਕਰਦੇ ਸੀ ਤੇ ਉਹ ਵੇਖ ਲੈਂਦੇ ਸੀ ਕਿਤੇ ਅੱਗੇ ਬਿੱਲੀ ਰਸਤਾ ਕਰੋਸ ਕਰ ਰਹੀ ਹੁੰਦੀ ਸੀ, ਤੇ ਜਿਹੜੇ ਉਹਦੇ ਚਾਲਕ ਹੁੰਦੇ ਸੀ ਬੈਲ ਗੱਡੀ ਦੇ ਉਹਨੂੰ ਰੋਕ ਲੈਂਦੇ ਸੀ, ਜਾਂ ਘੋੜਾ ਗੱਡੀ ਦੇ ਜਿਹੜੇ ਚਾਲਕ ਉਹਨੂੰ ਪਿੱਛੇ ਰੋਕ ਲੈਂਦੇ ਸੀ, ਕਿਉਂਕਿ ਜਿਹੜਾ ਬਲਦ ਆ ਜਾਂ ਘੋੜਾ ਵਾ ਉਹਦੇ ਅੱਗੇ ਅਚਾਨਕ ਹੀ ਜੇਕਰ ਬਿੱਲੀ ਆ ਜਾਵੇ ਤੇ ਉਹ ਉਤੋਂ ਡਰ ਜਾਂਦੇ ਸੀ, ਕਿਉਂਕਿ ਉਹਦੀਆਂ ਅੱਖਾਂ ਜਿਹੜੀਆਂ ਨੇ ਉਹ ਕਾਫੀ ਜਿਹੜੀਆਂ ਰਿਫਲੈਕਟ ਕਰਦੀਆਂ ਲਾਈਟ ਨੂੰ, ਤੇ ਉਹਨੂੰ ਵੇਖ ਕੇ ਜਿਹੜਾ ਜਾਨਵਰ ਆ ਉਹ ਡਰ ਜਾਂਦਾ ਵਾ, ਉਹ ਪੈਨਿਕ ਹੋ ਸਕਦਾ ਵਾ, ਜਿਹਦੇ ਨਾਲ ਉਹ ਖੁਦ ਨੂੰ ਨੁਕਸਾਨ ਪਹੁੰਚਾ ਸਕਦਾ ਵਾ, ਜਾਂ ਫਿਰ ਉਹ ਜਿਹੜੇ ਸਵਾਰੀ ਉਹਦੇ ਮਗਰ ਬੈਠੀ ਆ ਉਹਨਾਂ ਨੂੰ ਨੁਕਸਾਨ ਪਹੁੰਚਾ ਸਕਦਾ। ਇਸ ਲਈ ਜਿਹੜੇ ਹੁੰਦੇ ਸੀ ਉਹਦੇ ਚਾਲਕ ਉਹ ਗੱਡੀ ਨੂੰ ਰੋਕ ਲੈਂਦੇ ਸੀ ਤੇ ਬਿੱਲੀ ਨੂੰ ਕ੍ਰੋਸ ਕਰ ਲੈਂਦੇ ਸੀ, ਕਈ ਵਾਰੀ ਜੇ ਜਾਨਵਰ ਡਰ ਵੀ ਜਾਂਦਾ ਸੀ ਤੇ ਉਹਨੂੰ ਕੁਛ ਖਾਣ ਨੂੰ ਦਿੱਤਾ ਜਾਂਦਾ ਸੀ, ਪੱਠਾ ਪੁੱਠਾ, ਜਾਂ ਫਿਰ ਉਹਨੂੰ
ਪਾਣੀ ਪਿਲਾ ਕੇ ਥੋੜਾ ਸ਼ਾਂਤ ਕੀਤਾ ਜਾਂਦਾ ਸੀ ਤੇ ਫਿਰ ਉਹਨੂੰ ਅੱਗੇ ਤੋਰਿਆ ਜਾਂਦਾ ਸੀ। ਤੇ ਹੁਣ ਤੇ ਵੈਸੇ ਇਹਦਾ ਰੂਪ ਹੀ ਚੇਂਜ ਹੋ ਗਿਆ ਵਾ, ਸਾਨੂੰ ਤੇ ਰੁਕਣ ਦੀ ਲੋੜ ਨਹੀਂ, ਹੁਣ ਆਪਾਂ ਕਾਰਾਂ ਗੱਡੀਆਂ ਦੇ ਵਿੱਚ ਜਾਂਦੇ ਹਾਂ ਤੇ ਜਿਹਦਾ ਕੋਈ ਲੈਣਾ ਦੇਣਾ ਨਹੀਂ ਇਸ ਕਨਸੈਪਟ ਦੇ ਨਾਲ। ਹੁਣ ਅਸੀਂ ਵੱਧਦੇ ਹਾਂ ਜੀ ਆਪਣੇ ਅਗਲੇ ਸੁਪਰਸਟੀਸ਼ਨ ਵੱਲ, ਯਾਨੀ ਕਿ ਜਿਹੜਾ ਹੈਗਾ ਵਾ ਸੂਰਜ ਡੁੱਬਣ ਤੋਂ ਬਾਅਦ ਨਹੁੰ ਨਹੀਂ ਕੱਟਣੇ ਚਾਹੀਦੇ। ਵੱਡਿਆਂ ਵੱਲੋਂ ਅਕਸਰ ਬੱਚਿਆਂ ਨੂੰ ਵਰਦਿਆ ਜਾਂਦਾ ਵੀ ਲੈ ਸੂਰਜ ਡੁੱਬਣ ਤੋਂ ਬਾਅਦ ਨਹੁੰ ਨਾ ਕੱਟੋ। ਜੇ ਤੁਹਾਨੂੰ ਵੀ ਕਿਸੇ ਨੇ ਵਰਦਿਆ ਤਾਂ ਉਹਨੂੰ ਕਮੈਂਟ ਕਰਕੇ ਦੱਸੋ ਥੱਲੇ। ਇਹਦੇ ਪਿੱਛੇ ਵੀ ਜਿਹੜਾ ਰੀਜ਼ਨ ਆ ਨਾ ਉਹ ਵੀ ਪੁਰਾਣੇ ਸਮਿਆਂ ਦੇ ਨਾਲ ਜੁੜਦਾ, ਕਿਉਂਕਿ ਪੁਰਾਣੇ ਸਮਿਆਂ ਦੇ ਵਿੱਚ ਜ਼ਿਆਦਾਤਰ ਜਿਹੜੇ ਜਿੰਨੇ ਵੀ ਸੁਪਰਸਟੀਸ਼ੀਅਨ ਆ ਉਹ ਪੁਰਾਣੇ ਸਮਿਆਂ ਦੇ ਵਿੱਚ ਹੀ ਬਣੇ ਆ। ਉਦੋਂ ਉਹਨਾਂ ਦਾ ਫਾਇਦਾ ਹੁੰਦਾ ਸੀ ਪਰ ਹੁਣ ਉਹਨਾਂ ਦਾ ਜਿਹੜਾ ਯੂਜ਼ ਆ ਉਹ ਨਹੀਂ ਰਿਹਾ, ਜ਼ਿਆਦਾਤਰ ਤਾਂ ਨਹੀਂ ਰਿਹਾ। ਕੁਛ ਤਾਂ ਹੈਗਾ ਵਾ ਤੁਸੀਂ ਯੂਜ਼ ਕਰ ਸਕਦੇ ਜੀ। ਇਹਦਾ ਜਿਹੜਾ ਯੂਜ਼ ਆ ਇਹ ਪੁਰਾਣੇ ਸਮਿਆਂ ਦੇ ਵਿੱਚ ਇਲੈਕਟ੍ਰੀਸਿਟੀ ਨਹੀਂ ਸੀ ਘਰਾਂ ਦੇ ਵਿੱਚ, ਅਤੇ ਲੋਕ ਸੂਰਜ ਡੁੱਬਣ ਤੋਂ ਬਾਅਦ ਜਾਂ ਲਾਲਟੈਨ ਜਾਂ ਦੀਵੇ ਵਗੈਰਾ ਜਗਾ ਕੇ ਜਿਹੜਾ ਵਾ ਉਹ ਆਪਣਾ ਗੁਜ਼ਾਰਾ ਕਰਦੇ ਸੀ। ਅਤੇ ਉਸ ਸਮੇਂ ਜੇਕਰ ਕੋਈ ਸੂਰਜ ਡੁੱਬਣ ਤੋਂ ਬਾਅਦ ਉਦੋਂ ਨਾਲ ਨੇਲ ਕਟਰ ਵੀ ਨਹੀਂ ਸੀ ਹੋਇਆ ਕਰਦੇ, ਜੇਕਰ ਸੂਰਜ ਡੁੱਬਣ ਤੋਂ ਬਾਅਦ ਕੋਈ ਨੂੰਹ ਕੱਟਦਾ ਸੀ ਤਾਂ ਉਹਨੂੰ ਰੋਕਿਆ ਜਾਂਦਾ ਸੀ ਵੀ ਹੋ ਸਕਦਾ ਵਾ ਹਨੇਰੇ ਦੇ ਵਿੱਚ ਤੂੰ ਆਪਣੇ ਉਂਗਲ ਨੂੰ ਨੁਕਸਾਨ ਪਹੁੰਚਾ ਲਏ ਜਾਂ ਕੁਛ ਹੋ ਜਾਏ, ਇਸ ਲਈ ਉਦੋਂ ਰੋਕਿਆ ਜਾਂਦਾ ਸੀ। ਅਤੇ ਹੁਣ ਤਾਂ ਇਲੈਕਟ੍ਰੀਸਿਟੀ ਹੈਗੀ ਆ, ਰਾਤ ਨੂੰ ਵੀ ਪੂਰੀ ਲਾਈਟ ਹੁੰਦੀ, ਸਭ ਕੁਛ ਹੁੰਦਾ ਹੈ, ਤੁਸੀਂ ਕਿਸੇ ਵਕਤ ਵੀ ਕਰ ਸਕਦੇ ਹੋ, ਦੇਰ ਇਜ਼ ਨੋ ਇਸ਼ੂ, ਜਿਹੜੇ ਟੈਂਪਲ ਜੀ ਤੁਸੀਂ ਕਰ ਸਕਦੇ। ਅਗਲਾ ਸੁਪਰਸਟੀਸ਼ਨ ਹੈ ਜੀ, ਰਾਤ ਨੂੰ ਕਹਿੰਦੇ ਜੀ ਪਿੱਪਲ ਦੇ ਥੱਲੇ ਨਹੀਂ ਜਾਣਾ ਚਾਹੀਦਾ ਜਾਂ ਪਿੱਪਲ ਦੇ ਥੱਲੇ ਨਹੀਂ ਸੋਣਾ ਚਾਹੀਦਾ। ਇਹਨੂੰ ਮਤਲਬ ਇਸ ਚੀਜ਼ ਨਾਲ ਜੋੜ ਕੇ ਵੇਖਿਆ ਜਾਂਦਾ ਵੀ ਉੱਥੇ ਰਾਤ ਨੂੰ ਪ੍ਰੇਤ ਆਤਮਾਵਾਂ ਜਾਂ ਭੂਤ ਪ੍ਰੇਤ ਇੱਦਾਂ ਦੀਆਂ ਚੀਜ਼ਾਂ ਹੁੰਦੀਆਂ। ਪਰ ਅਸਲ ਦੇ ਵਿੱਚ ਜਿਹੜਾ ਫੈਕਟ ਹੈ ਨਾ ਉਹ ਇਹ ਕਿ ਜਿਹੜਾ ਪਿੱਪਲ ਹੈ ਨਾ ਇੱਕ ਬਹੁਤ ਹੀ ਇਨਵਾਇਰਮੈਂਟ ਫਰੈਂਡਲੀ ਜਿਹੜਾ ਵਾ ਟ੍ਰੀ ਹੈਗਾ ਵਾ, ਇਹ ਬਹੁਤ ਜ਼ਿਆਦਾ ਮਾਤਰਾ ਦੇ ਜਿਹੜੀ ਆਕਸੀਜਨ ਹੈ ਉਹ ਰਿਲੀਜ਼ ਕਰਦਾ ਹੈ। ਪਰ ਇਹ ਕਿ ਜਿਹੜਾ ਪਿੱਪਲ ਹੈ ਨਾ ਇਹ ਰਾਤ ਨੂੰ ਇਹ ਵੀ ਕਾਰਬਨ ਡਾਈਆਕਸਾਈਡ ਹੀ ਰਿਲੀਜ਼ ਕਰਦਾ, ਕਿਉਂਕਿ ਇਨਸਾਨ ਤੇ ਕਾਰਬਨ ਡਾਈਆਕਸਾਈਡ ਹੀ ਰਿਲੀਜ਼ ਕਰਦਾ ਦਿਨੇ ਰਾਤ ਹਰ ਟਾਈਮ। ਅਤੇ ਜੇਕਰ ਤੁਸੀਂ ਰਾਤ ਦੇ ਸਮੇਂ ਪਿੱਪਲ ਦੇ ਥੱਲੇ ਬਹਿੰਦੇ ਹੋ ਜਾਂ ਸੌਂਦੇ ਹੋ ਅਤੇ ਉੱਥੇ ਤੁਸੀਂ ਵੀ ਕਾਰਬਨ ਡਾਈਆਕਸਾਈਡ ਰਿਲੀਜ਼ ਕਰ ਰਹੇ ਹੋ ਉਦੋਂ ਪਿੱਪਲ ਵੀ ਰਿਲੀਜ਼ ਕਰ ਲਿਆ, ਅਤੇ ਇਹਦੇ ਨਾਲ ਇਹ ਹੋ ਸਕਦਾ ਤੁਹਾਨੂੰ ਆਕਸੀਜਨ ਦੀ ਜਿਹੜੀ ਆ ਉਹ ਕਮੀ ਹੋ ਸਕਦੀ, ਜਿਹਦੇ ਨਾਲ ਤੁਹਾਨੂੰ ਕੋਈ ਹੈਲਥ ਇਸ਼ੂ ਆ ਸਕਦੇ, ਈਵਨ ਕਿ ਤੁਹਾਡੀ ਡੈਥ ਵੀ ਹੋ ਸਕਦੀ। ਇਸ ਲਈ ਇਸ ਚੀਜ਼ ਤੋਂ ਤੁਹਾਨੂੰ ਅਵੋਇਡ ਕੀਤਾ ਜਾਂਦਾ ਸੀ। ਅਗਲਾ ਸੁਪਰਸਟੀਸ਼ਨ ਜੀ, ਪੇਪਰ ਜਾਂ ਕਿਸੇ ਵੀ ਕੰਮ 'ਤੇ ਜਾਣ ਤੋਂ ਪਹਿਲਾਂ ਦਹੀਂ ਸ਼ੱਕਰ ਖਾ ਕੇ ਜਾਣਾ ਇਹਨੂੰ ਸ਼ੁਭ ਮੰਨਿਆ ਜਾਂਦਾ। ਅਕਸਰ ਤੁਸੀਂ ਜਦੋਂ ਐਗਜ਼ਾਮ ਦੇਣ ਜਾਂਦੇ ਹੋ ਅਤੇ ਤੁਹਾਡੇ ਮਾਤਾ ਪਿਤਾ ਤੁਹਾਨੂੰ ਕਹਿਣਗੇ ਵੀ ਬੇਟਾ ਸ਼ੱਕਰ ਦਹੀਂ ਸ਼ੱਕਰ ਖਾ ਕੇ ਜਾ, ਵਧੇ ਵਧੇ ਪੇਪਰ ਹੋਊਗਾ ਤੇਰਾ। ਅਤੇ ਇਹਦੇ ਪਿੱਛੇ ਜਿਹੜਾ ਰੀਜ਼ਨ ਹੈ ਉਹ ਤੁਹਾਨੂੰ ਦੱਸਣਾ ਹੈ ਕੀ ਰੀਜ਼ਨ ਹੈ। ਅਸਲ ਵਿੱਚ ਜਿਹੜਾ ਦਹੀਂ ਹੈ ਨਾ ਉਹ ਆਪਣੇ ਆਪ 'ਚ ਇੱਕ ਕੂਲੈਂਟ ਦਾ ਕੰਮ ਕਰਦਾ ਹੈ, ਉਹ ਤੁਹਾਡੀ ਬੋਡੀ ਨੂੰ ਮਤਲਬ ਠੰਡਕ ਦਿੰਦਾ ਹੈ। ਅਤੇ ਜਿਹੜਾ ਸ਼ੂਗਰ ਆ ਨਾ ਉਹ ਜਿਹੜਾ ਇੰਸਟੈਂਟ ਗਲੂਕੋਜ਼ ਆ, ਜਿਹੜੀ ਸ਼ੂਗਰ ਆ ਫਟਾਫਟ ਗਲੂਕੋਜ਼ ਦੇ ਵਿੱਚ ਕਨਵਰਟ ਹੋ ਜਾਂਦੀ, ਤੁਹਾਨੂੰ ਇੰਸਟੈਂਟ ਐਨਰਜੀ ਦਿੰਦੀ ਹੈ। ਅਤੇ ਇਹ ਦੋਵੇਂ ਮਿਲ ਕੇ ਤੁਹਾਨੂੰ ਇੱਕ ਇੰਸਟੈਂਟ ਐਨਰਜੀ ਪ੍ਰੋਵਾਈਡ ਕਰਦੇ ਆ ਵੀ ਜਿਹਦੇ ਨਾਲ ਤੁਸੀਂ ਲੋਅ ਫੀਲ ਨਹੀਂ ਕਰਦੇ। ਇੱਕ ਜਿਹੜਾ ਫੈਕਟਰ ਦੇ ਪਿੱਛੇ ਹੋਰ ਜਿਹੜਾ ਦਹੀਂ ਆ ਨਾ ਉਹ ਇੱਕ ਬੇਸ ਦਾ ਵੀ ਕੰਮ ਕਰਦਾ ਹੈ, ਜਿੱਦਾਂ ਬੱਚੇ ਖਾਸ ਕਰ ਸਾਰੇ ਦਿਨ ਕਈਆਂ ਨੂੰ ਬਹੁਤ ਜ਼ਿਆਦਾ ਟੈਂਸ਼ਨ ਹੋ ਜਾਂਦੀ ਹੈ ਐਗਜ਼ਾਮ ਨੂੰ ਲੈ ਕੇ, ਜਦੋਂ ਅਸੀਂ ਜ਼ਿਆਦਾ ਟੈਂਸ਼ਨ ਦੇ ਵਿੱਚ ਹੁੰਦੇ ਹਾਂ ਸਾਡੀ ਬੋਡੀ ਨਾ ਕੁਛ ਐਸਿਡ ਰਿਲੀਜ਼ ਕਰਦੀ ਹੈ ਜਿਹਦੇ ਨਾਲ ਸਾਨੂੰ ਕੋਈ ਹੈਲਥ ਇਸ਼ੂਜ਼ ਆ ਸਕਦੇ ਆ, ਕਈ ਵਾਰੀ ਤੁਹਾਨੂੰ ਪੇਟ ਲੂਜ਼ ਹੋ ਸਕਦਾ ਹੈ, ਤੁਹਾਨੂੰ ਚੀਜ਼ਾਂ ਚਿੱਤਾ ਭੁੱਲਣ ਲੱਗ ਜਾਂਦੀਆਂ। ਅਤੇ ਜਦੋਂ ਆਪਾਂ ਦਹੀਂ ਖਾ ਕੇ ਜਾਂਦੇ ਜਿਹੜਾ ਐਸਿਡ ਬੋਡੀ ਰਿਲੀਜ਼ ਕਰਦੀ ਹੈ ਨਾ ਅਤੇ ਉਹ ਜਿਹੜਾ ਦਹੀਂ ਉਹ ਬੇਸ ਦਾ ਕੰਮ ਕਰਕੇ ਅਤੇ ਉਹਨੂੰ ਨਿਊਟਰਲ ਕਰ ਦਿੰਦਾ, ਤੁਹਾਨੂੰ ਇੱਦਾਂ ਦਾ ਕੋਈ ਹੈਲਥ ਇਸ਼ੂ ਨਹੀਂ ਹੁੰਦਾ। ਇਸ ਲਈ ਦਹੀਂ ਸ਼ੱਕਰ ਖਾਣਾ ਇੱਕ ਹਿਸਾਬ ਨਾਲ ਚੰਗਾ ਆ, ਜੇਕਰ ਤੁਸੀਂ ਐਗਜ਼ਾਮ ਲਈ ਜਾ ਰਹੇ ਹੋ ਜਾਂ ਤੁਹਾਨੂੰ ਕਿਸੇ ਚੀਜ਼ ਦਾ ਫੇਅਰ ਹੈ, ਡਰ ਲੱਗਦਾ ਹੈ, ਕਿਸੇ ਇੰਟਰਵਿਊ ਲਈ ਜਾ ਰਹੇ ਹੋ, ਅਤੇ ਜੇਕਰ ਤੁਸੀਂ ਦਹੀਂ ਸ਼ੱਕਰ ਖਾ ਕੇ ਜਾਓ ਤਾਂ ਚੰਗੀ ਗੱਲ। ਹੁਣ ਵੱਧਦੇ ਹਾਂ ਜੀ ਆਪਾਂ ਆਪਣੇ ਅਗਲੇ ਸੁਪਰਸਟੀਸ਼ਨ। ਅਗਲਾ ਸੁਪਰਸਟੀਸ਼ਨ ਹੈਗਾ ਜੀ, ਸ਼ਾਮ ਨੂੰ ਝਾੜੂ ਨਹੀਂ ਦੇਣਾ ਚਾਹੀਦਾ। ਕੁੜੀਆਂ ਨੂੰ ਖਾਸ ਕਰਕੇ ਵਰਦਿਆ ਜਾਂਦਾ ਆ ਵੀ ਸ਼ਾਮ ਨੂੰ ਰਹਿਰਾਸ ਵੇਲੇ ਜਾਂ ਤਕਾਲ ਸੰਧਿਆ ਵੇਲੇ ਕਿਹੜੇ ਵੇਲੇ ਤੂੰ ਝਾੜੂ ਦੇ ਰਹੀ। ਅਤੇ ਇਹ ਵੀ ਸਾਡੀਆਂ ਬਜ਼ੁਰਗ ਔਰਤਾਂ ਵੱਲੋਂ ਕੁੜੀਆਂ ਨੂੰ ਵਰਦਿਆ ਜਾਂਦਾ। ਅਤੇ ਇਹਦੇ ਪਿੱਛੇ ਜਿਹੜਾ ਫੈਕਟ ਹੈ ਉਹ ਇਹ ਕਿ ਉਹੀ ਪੁਰਾਣੇ ਸਮੇਂ ਨਾਲ ਜ਼ਿਆਦਾਤਰ ਜਿਹੜੇ ਸੁਪਰਸਟੀਸ਼ਨ ਉਹ ਲੇਟ ਕਰਦੇ ਆ। ਹੁਣ ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਇਲੈਕਟ੍ਰੀਸਿਟੀ ਮੈਂ ਪਹਿਲਾਂ ਦੱਸਿਆ ਨਹੀਂ ਸੀ ਹੁੰਦੀ, ਅਤੇ ਉਸ ਸਮੇਂ ਜਿਹੜੇ ਲੋਕ ਆ ਉਹ ਟਾਈਮ ਸਿਰ ਸੋ ਜਾਇਆ ਕਰਦੇ ਸੀ ਅਤੇ ਸਵੇਰੇ ਉੱਠਦੇ ਵੀ ਤੜਕੇ ਹੁੰਦੇ ਸੀ। ਅਤੇ ਇਹਦਾ ਰਾਤ ਦਾ ਸਮਾਂ ਹੈ ਨਾ, ਸ਼ਾਮ ਦਾ ਸਮਾਂ ਉਹ ਕੁੜੀਆਂ ਦਾ ਚੁੱਲ੍ਹਾ ਚੌਂਕਾ ਕਰਨ ਦਾ ਸਮਾਂ ਹੁੰਦਾ ਸੀ। ਅਤੇ ਉਸ ਸਮੇਂ ਜੇਕਰ ਕੋਈ ਸਵਾਣੀ ਜਾਂ ਕੋਈ ਔਰਤ
ਝਾੜੂ ਪੋਚਾ ਕਰ ਰਹੀ ਸਾਨੂੰ ਵਧਿਆ ਜਾਂਦਾ ਸੀ ਵੀ ਇਹ ਕਿਹੜੇ ਟਾਈਮ ਤੋਂ ਝਾੜੂ ਪੋਚਾ ਕਰ ਰਹੀ ਹੈ। ਇਹ ਚੁੱਲ੍ਹੇ ਚੌਂਕੇ ਦਾ ਸਮੇਂ ਆ ਕਿਉਂਕਿ ਇਲੈਕਟ੍ਰੀਸਿਟੀ ਹੁੰਦੀ ਨਹੀਂ ਸੀ ਤੇ ਹਨੇਰੇ ਦੇ ਵਿੱਚ ਚੁੱਲ੍ਹਾ ਚੌਂਕਾ ਕਰਨਾ ਜਿਹੜਾ ਉਹ ਥੋੜਾ ਔਖਾ ਹੁੰਦਾ ਸੀ। ਲੋਕ ਟਾਈਮ ਨਾਲ ਜਿਹੜਾ ਡਿਨਰ ਕਰ ਲੈਂਦੇ ਸੀ ਤੇ ਸੌ ਜਾਂਦੇ ਸੀ ਤੇ ਸਵੇਰੇ ਤੜਕੇ ਉੱਠ ਕੇ ਤੇ ਜਿਹੜੀਆਂ ਔਰਤਾਂ ਉਹਨਾਂ ਵੱਲੋਂ ਜਿਹੜਾ ਝਾੜੂ ਪੋਚਾ ਕੀਤਾ ਜਾਂਦਾ ਸੀ, ਡੰਗਰ ਡੁੰਗਰ ਚੋਏ ਜਾਂਦੇ ਸੀ ਤੇ ਹੋਰ ਕੰਮ ਕੀਤੇ ਜਾਂਦੇ ਸੀ। ਜਿਹੜਾ ਇਹ ਝਾੜੂ ਪੋਚਾ ਇਹ ਰਾਤ ਨੂੰ ਨਹੀਂ ਸੀ ਕੀਤਾ ਜਾਂਦਾ ਜਾਂ ਸ਼ਾਮ ਦੇ ਵੇਲੇ ਨਹੀਂ ਸੀ ਕੀਤਾ ਜਾਂਦਾ, ਇਸ ਲਈ ਉਸ ਸਮੇਂ ਇਸ ਨੂੰ ਵਰਜਿਆ ਜਾਂਦਾ ਸੀ। ਤੇ ਜਿਹੜਾ ਕਿ ਹੁਣ ਇਹਦਾ ਵੀ ਕੋਈ ਹੈ ਨਹੀਂ, ਤੁਸੀਂ ਜਦੋਂ ਮਰਜ਼ੀ ਕਰ ਸਕਦੇ ਹੋ ਕਿਉਂਕਿ ਹੁਣ ਇਲੈਕਟ੍ਰੀਸਿਟੀ ਆ ਸਾਰੇ ਤੁਹਾਡੇ ਕੋਲ ਜਿਹੜੀਆਂ ਫੈਸਿਲਿਟੀਜ਼ ਅਵੇਲੇਬਲ ਹੈਗੀਆਂ ਵਾ। ਤੇ ਹੁਣ ਵੱਧਦੇ ਹਾਂ ਜੀ ਅਸੀਂ ਆਪਣੇ ਅਗਲੇ ਸੁਪਰਸਟੀਸ਼ਨ। ਅਗਲਾ ਸੁਪਰਸਟੀਸ਼ਨ ਹੈ ਜੀ ਅੱਖ ਦਾ ਫਰਕਣਾ, ਯਾਨੀ ਕਿ ਟਵਿੰਚਿੰਗ ਆਫ ਆਈਸ। ਅਕਸਰ ਕਦੀ ਨਾ ਕਦੀ ਤਾਂ ਤੁਹਾਡੀ ਅੱਖ ਫਰਕੀ ਹੋਏਗੀ ਤੇ ਤੁਹਾਨੂੰ ਲੋਕਾਂ ਨੇ ਕਿਹਾ ਹੈਗਾ ਜਾਂ ਸੁਣਿਆ ਹੈਗਾ ਤੁਸੀਂ ਵੀ ਤੁਹਾਨੂੰ ਕੋਈ ਯਾਦ ਕਰ ਰਿਹਾ ਵਾ ਜਾਂ ਫਿਰ ਹੋਰ ਕਈ ਚੀਜ਼ਾਂ, ਕਾਫੀ ਗੱਲਾਂ ਲੋਕ ਇਹਦੇ ਨਾਲ ਜੋੜ ਕੇ ਦੇਖਦੇ ਆ। ਪਰ ਅਸਲ ਦੇ ਵਿੱਚ ਜਿਹੜਾ ਇਹਦੇ ਪਿੱਛੇ ਫੈਕਟ ਹੈ ਉਹ ਇਹ ਕਿ ਇਹਦੇ ਕੋਈ ਫਿਜ਼ੀਕਲ ਕਾਰਨ ਹੋ ਸਕਦੇ ਆ ਜਾਂ ਤੁਹਾਡੀਆਂ ਡਰਾਈ ਆਈਸ ਹੋ ਸਕਦੀਆਂ ਵਾ, ਇੱਕ ਤਾਂ ਇਹ ਕਾਰਨ ਹੈ, ਜਾਂ ਅਲਕੋਹਲ ਕੰਜਪਸ਼ਨ ਕਰਕੇ ਹੋ ਸਕਦਾ ਵਾ, ਜਾਂ ਹੋ ਸਕਦਾ ਤੁਹਾਨੂੰ ਕਿਸੇ ਚੀਜ਼ ਨਾਲ ਐਲਰਜੀ ਹੋਵੇ ਘੱਟੇ ਨਾਲ ਜਾਂ ਕਿਸੇ ਹੋਰ ਚੀਜ਼ ਦੇ ਨਾਲ। ਤੇ ਇਹ ਜਿਹੜੇ ਇਹਦੇ ਮੇਨ ਕਾਰਨ ਆ ਇਹ ਹੋ ਸਕਦੇ ਆ, ਜਾਂ ਫਿਰ ਉਸ ਤੁਹਾਡੀ ਆਈਸ ਵਿੱਚ ਕਿਸੇ ਇਨਫੈਕਸ਼ਨ ਹੋ ਗਈ ਹੋਵੇ, ਇਹ ਜਿਹੜੇ ਇਹਦੇ ਮੇਨ ਕਾਰਨ ਹੋ ਸਕਦੇ ਆ। ਬਾਕੀ ਯਾਦ ਯੂਦਾਂ ਦਾ ਕੋਈ ਚੱਕਰ ਨਹੀਂ ਹੈਗਾ। ਹੁਣ ਵੱਧਦੇ ਹਾਂ ਜੀ ਅਸੀਂ ਆਪਣੇ ਅਗਲੇ ਸੁਪਰਸਟੀਸ਼ਨ ਵੱਲ। ਅਗਲਾ ਸੁਪਰਸਟੀਸ਼ਨ ਹੈਗਾ ਜੀ ਸ਼ਗਨ ਦੇ ਵਿੱਚ ਇੱਕ ਰੁਪਇਆ ਪਾਉਣਾ। ਤੁਸੀਂ ਅਕਸਰ ਵਿਆਹ ਸ਼ਾਦੀ ਜਾ ਕਿਤੇ ਗਏ ਹੋਗੇ, ਤੁਸੀਂ ਇਹ ਵੇਖਿਆ ਹੋਇਆ ਕਿ ਸ਼ਗਨ ਲੋਕੀ 1100 2100 5100 ਇਹੀ ਦਿੰਦੇ ਆ, ਤੇ 1000 2000 ਏਦਾਂ ਦਾ ਨੀ ਦਿੰਦੇ। ਇਹ ਤੁਸੀਂ ਸੋਚਿਆ ਵੀ ਜਿਹੜਾ ਇੱਕ ਆ ਇਹ ਕਿਉਂ ਪਾਇਆ ਜਾਂਦਾ ਵਾ, ਤੇ ਜਿਹੜਾ ਵੈਡਿੰਗ ਵਾਲੇ ਲਿਫਾਫੇ ਜਿਹਦੇ ਵਿੱਚ ਲੋਕੀ ਪੈਸੇ ਪਾ ਕੇ ਦਿੰਦੇ ਉਹਦੇ ਵਿੱਚ ਵੀ 1 ਰੁਪਇਆ ਫਿਕਸ ਕਰਕੇ ਪਿੱਛੋਂ ਹੁੰਦਾ ਵਾ, ਤੇ ਇਹਦਾ ਕੀ ਰੀਜ਼ਨ ਹੈ? ਇਹਦਾ ਵੀ ਇੱਕ ਰੀਜ਼ਨ ਮੈਂ ਤੁਹਾਨੂੰ ਦੱਸਦਾ ਪਿੱਛੇ ਇਹਦਾ ਫੈਕਟ ਹੈ ਉਹ ਕੀ ਹੈ। ਕਿਉਂਕਿ ਇਹ ਮੰਨਿਆ ਜਾਂਦਾ ਕਿ ਜਿਹੜਾ ਉਹਨੂੰ ਨਾ ਓਡ ਨੰਬਰ ਬਣਾਉਣ ਲਈ ਉਹਦੇ ਵਿੱਚ 1 ਰੁਪਇਆ ਜਿਹੜਾ ਸਿੱਕਾ ਵਾ ਉਹਨੂੰ ਐਡ ਕੀਤਾ ਜਾਂਦਾ, ਕਿਉਂਕਿ ਜਿਹੜਾ ਈਵਨ ਨੰਬਰ ਆ ਨਾ ਉਹਦਾ ਜਿਹੜਾ ਸਮ ਹੁੰਦਾ ਨਾ ਉਹ ਹੁੰਦਾ 0, ਤੇ ਜਿਹੜਾ ਓਡ ਨੰਬਰ ਆ ਉਹਦਾ ਸਮ 0 ਨਹੀਂ ਹੁੰਦਾ। ਇਸ ਲਈ ਜਿਹੜਾ ਈਵਨ ਨੰਬਰ ਉਹਦਾ ਸਮ 0 ਹੁੰਦਾ, ਉਹਦਾ ਮਤਲਬ ਹੁੰਦਾ ਪੀ 0 ਦਾ ਮਤਲਬ ਹੁੰਦਾ ਐਂਡ ਦੀ ਐਂਡ। ਤੇ ਇਸ ਲਈ ਉਹਦੇ ਵਿੱਚ 1 ਰੁਪਇਆ ਪਾ ਕੇ ਉਹਨੂੰ ਓਡ ਨੰਬਰ ਬਣਾਇਆ ਜਾਂਦਾ ਵੀ ਉਹਦਾ ਜਿਹੜਾ ਸਮ ਹੈ ਉਹ 0 ਨਾ ਆਵੇ। ਵੈਸੇ ਕੋਈ ਇਹ ਹੈ ਨਹੀਂ ਮੰਨਣ ਵਾਲਾ, ਤੁਹਾਡੀ ਇੱਛਾ ਹੋ ਜਿੱਦਾਂ ਤੁਸੀਂ ਮਰਜ਼ੀ ਦੇ ਸਕਦੇ, ਪਰ ਇਹਦੇ ਪਿੱਛੇ ਦਾ ਫੈਕਟ ਹੈ ਮੈਂ ਤੁਹਾਨੂੰ ਦੱਸ ਦਿੱਤਾ। ਹੁਣ ਵੱਧਦੇ ਹਾਂ ਜੀ ਅਸੀਂ ਆਪਣੇ ਅਗਲੇ ਤੇ ਜਿਹੜਾ ਲਾਸਟ ਸੁਪਰਸਟੀਸ਼ਨ ਹੈ ਉਹਦੇ ਵੱਲ। ਮੜੀਆਂ ਧੋਣ ਤੋਂ ਬਾਅਦ ਇਸ਼ਨਾਨ ਕਰਨਾ। ਤੁਸੀਂ ਅਕਸਰ ਵੇਖਿਆ ਹੈਗਾ ਜਦੋਂ ਵੀ ਕੋਈ ਲੋਕ ਜਿਹੜੇ ਕ੍ਰਿਮੇਸ਼ਨਸ ਪਰਫੋਰਮ ਕਰਕੇ ਆਉਂਦੇ ਆ ਕਿਸੇ ਦੇ, ਤੇ ਉਸ ਤੋਂ ਬਾਅਦ ਆਉਣ ਤੋਂ ਬਾਅਦ ਸੰਸਕਾਰ ਤੋਂ ਲੋਕ ਇਸ਼ਨਾਨ ਕਰਦੇ ਆ। ਇਹਦੇ ਪਿੱਛੇ ਵੀ ਇੱਕ ਜਿਹੜਾ ਸਾਇੰਟਿਫਿਕ ਫੈਕਟ ਆ ਉਹ ਇਹ ਕਿ ਜਿਹੜੀ ਡੈਡ ਬੋਡੀ ਆ ਜਾਂ ਡੈਡ ਪਰਸਨ ਆ ਉਹਦੀ ਡੈਡ ਬੋਡੀ ਦੇ ਉੱਤੇ ਕੁਛ ਬੈਕਟੀਰੀਆ ਜਾਂ ਇਨਫੈਕਸ਼ਨ ਹੋ ਸਕਦਾ ਵਾ, ਤੇ ਜਿਹੜੇ ਵੀ ਉਹਦੇ ਜਿਹੜੇ ਫਿਊਨਰਲਸ ਦੇ ਵਿੱਚ ਇਨਵੋਲਵ ਹੋਏ ਆ ਸੰਸਕਾਰ ਦੇ ਵਿੱਚ, ਨਵਾਇਆ ਧੋਆਇਆ ਵਾ, ਕੰਧਾ ਦਿੱਤਾ ਵਾ ਜਾਂ ਕੁਛ ਵੀ ਕੀਤਾ ਵਾ, ਤੇ ਉਹਨਾਂ ਨੂੰ ਇਨਫੈਕਸ਼ਨ ਜਾਂ ਬੈਕਟੀਰੀਆ ਹੋ ਸਕਦਾ। ਤੇ ਇਸ ਲਈ ਇਹ ਚੰਗਾ ਵਾ ਕਿ ਜੇ ਉਹ ਇਸ਼ਨਾਨ ਕਰਕੇ ਫਿਰ ਹੀ ਸੋਸ਼ਲਾਈਜ਼ ਹੋਣ ਲੋਕਾਂ ਦੇ ਵਿੱਚ, ਵਿਚਰਨ ਘਰੇ ਆਪਣੇ ਜਾਣ। ਤੇ ਹਾਂ ਜਿਹੜੇ ਲੋਕ ਜਿਨ੍ਹਾਂ ਨੇ ਕੋਈ ਵੀ ਪਰਫੋਰਮ ਨਹੀਂ ਕੀਤਾ ਉਹ ਵੈਸੇ ਲਾਗੇ ਰਹੇ ਆ, ਖਲੋਤੇ ਰਹੇ ਆ, ਤੇ ਉਹ ਜੇ ਨਾ ਵੀ ਨਹਾਉਣ ਤਾਂ ਜੇ ਸਨੋ ਇਸ਼ੂ ਕੋਈ ਇਸ਼ੂ ਨਹੀਂ ਆ ਉਹ ਨਾ ਵੀ ਨਹਾਉਣ ਤੇ ਚੱਲ ਸਕਦਾ ਹੈ। ਬਾਕੀ ਹਾਂ ਜੇ ਤੁਹਾਡੀ ਇੱਛਾ ਤੁਸੀਂ ਨਹਾ ਵੀ ਸਕਦੇ ਹੋ। ਇਹ ਸੀ ਜੀ 10 ਕੋਮਨ ਸੁਪਰਸਟੀਸ਼ਨ ਜਿਹੜੇ ਆਮ ਤੌਰ ਤੇ ਸਾਡੇ ਸਮਾਜ ਦੇ ਵਿੱਚ ਲੋਕਾਂ ਵੱਲੋਂ ਕੀਤੇ ਜਾਂਦੇ। ਵੈਸੇ ਤਾਂ ਬਹੁਤ ਸਾਰੇ ਨੇ, ਪਰ ਮੈਂ ਜਿਹੜੇ ਕੋਮਨ ਆਪਣੇ ਵੱਲੋਂ ਲਿਆਉਣ ਦੀ ਕੋਸ਼ਿਸ਼ ਕੀਤੀ ਤੁਹਾਡੇ ਸਾਹਮਣੇ। ਜੇਕਰ ਤੁਹਾਨੂੰ ਮੇਰੀ ਇਹ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਕਰੋ। ਇੱਦਾਂ ਦੀਆਂ ਹੋਰ ਵੀਡੀਓ ਵੇਖਣ ਲਈ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਨੋਟੀਫਿਕੇਸ਼ਨ ਵੀ ਔਨ ਕਰੋ। ਜੇ ਤੁਸੀਂ ਕਿਸੇ ਹੋਰ ਟੋਪਿਕ ਤੇ ਇੱਦਾਂ ਦੀ ਨੌਲੇਜਬਲ ਵੀਡੀਓ ਚਾਹੁੰਦੇ ਹੋ ਤਾਂ ਮੈਨੂੰ ਕਮੈਂਟ ਕਰਕੇ ਦੱਸੋ, ਤਾਂ ਕਿ ਮੈਂ ਉਸ ਟੋਪਿਕ ਤੇ ਤੁਹਾਡੇ ਲਈ ਵੀਡੀਓ ਲੈ ਕੇ ਆ ਸਕਾਂ। ਵੀਡੀਓ ਦੇਖਣ ਲਈ ਧੰਨਵਾਦ।